ਹਾਂ ਗੁਰਮੇਰ ਚੱਲੀ ਪਹਿਲੇ ਦਿਨ ਸਕੂਲ ਅਗਲੀ ਹੌਲੀ ਬੋਲੋ ਹੌਲੀ ਬੋਲੋ ਨਾ ਉੱਠ ਪੈਣਾ ਹੀ ਹਾਏ ਨਹੀਂ ਮੈਨੂੰ ਬੜਾ ਤਰਸ ਆਉਣ ਡਿਆ ਜੀ ਦੰਦ ਟੁੱਟ ਗਿਆ ਜਾ ਕੇ ਸੂਰਜ ਨੂੰ ਦੇ ਆ ਦੰਦ ਦੰਦ ਟੁੱਟ ਜਾਂਦਾ ਸੂਰਜ ਨੂੰ ਸੁੱਟੀ ਦਾ ਮੁੜ ਕੇ ਲੱਭਦਾ ਨਹੀਂ ਹੁੰਦਾ ਚੜ ਗਿਆ ਵਾ ਆਹੋ ਅਸੀਂ ਨੀ ਨਿਕਲੇ ਜੁਲਿਆਂ ਚੋਂ ਕਿਹੜੀ ਗੱਲੋਂ ਮੇਰਾ ਪੁੱਤ ਠੀਕ ਸੀ ਡਿਡੋ ਹੈਗੀ ਜਾਣ ਜੋਗੀ ਸਕੂਲੇ ਕਿ ਨਹੀਂ ਚੱਕਲਾ ਦੇ ਜੇ ਕੋਈ ਗੱਲ ਹੋਊਗੀ ਤੂੰ ਲਿਆਵਾਂਗੇ ਜਾ ਕੇ ਹੈਨਾ ਮਾਂ ਇਹ ਮਾਂ ਸਕੂਲੇ ਜਾਣਾ ਜੀ ਇਹਨੂੰ ਪੁੱਛ ਕੇ ਜਾਣਾ ਸਕੂਲੇ ਘਰ ਪੋਤੀ ਡਈ ਤਿਆਰ ਹੋਣ ਤੇ ਇੱਧਰ ਦਾਦੀ ਵੀ ਡਈ ਹੋਣੀ ਆ ਕੁਛ ਨਾ ਕੁਛ ਅੱਜ ਪੋਤੀ ਨੇ ਜਾਣਾ ਪਹਿਲੇ ਦਿਨ ਸਕੂਲ ਮੰਮੀ ਇੱਕ ਆਵਾਜ਼ ਮਾਰੀ ਉਸੇ ਵੇਲੇ ਉੱਠ ਪਈ ਆਹੋ ਇਹ ਵੀ ਡਈ ਸੀ ਡਰਨ ਕੱਲ ਪਰਸੋਂ ਦੀ ਕਹਿੰਦੀ ਇਹਨੇ ਸਕੂਲੇ ਜਾਣਾ ਹੁਣ ਤੇ ਹੁਣ ਸੌਣ ਡੈ ਪਈ ਆ ਜ਼ਿਆਦਾ ਅੱਗੇ ਤੇ 8:30 ਵਜੇ ਉੱਠਦੀ ਸੀ ਧਨੀਆ ਪਾ ਲਿਆ ਵਿੱਚ ਤੇ ਪਿਆਜ਼ ਪਾ ਲਿਆ ਕਰਨ ਵਾਲਾ ਬੜਾ ਸ਼ੌਕੀਨ ਹੈ ਪਿਆਜ਼ ਵਾਲੇ ਪਰੌਂਠਿਆਂ ਦਾ ਦੇਖੋ ਹੁਣ ਮੈਂ ਕਿੱਡੇ ਸੋਹਣੇ ਪਰੌਂਠੇ ਪਕਾ ਦਿੰਦੀ ਬੜੀ ਰੀਝ ਆ ਸੰਦੀਪ ਆਖੇ ਕੋਈ ਨੀ ਮੰਮਾ ਤੁਸੀਂ ਨਾ ਕਰਿਆ ਕਰੋ ਹੁਣ ਕੰਮ ਦੇ ਹੁੰਦੇ ਚਾਹ ਚੂ ਪੀ ਦਿੰਦੇ ਤੁਸੀਂ ਠੀਕ ਆ ਮੈਂ ਰੋਟੀ ਪਕਾ ਲਿਆ ਕਰਾਂਗੀ ਉਹਨੂੰ ਤਾਂ ਕੀ ਪਤਾ ਮੂਲ ਨਾਲ ਵਿਆਜ ਪਿਆਰਾ ਮੰਮੀ ਜੀ ਮੈਂ ਸਮੇਂ ਸਮੇਂ ਦੇ ਉੱਤੇ ਹਰ ਚੀਜ਼ ਡੈ ਪੈਂਦੀ ਆਪਣੇ ਉਹਨਾਂ ਨੂੰ ਚੰਗੀ ਲੱਗਣ ਆਪਣੇ ਆਪ ਦੇ ਲੱਤੇ ਹੀ ਦੇਖਣ ਡੈ ਪੈਂਦੀ ਇਲਾਨੇ ਫਾਇਦਾ ਕਿੱਡੇ ਹੋ ਜਾਂਦੇ ਇਦਾਂ ਦੇ ਹੋ ਜਾਂਦੇ ਨਹੀਂ ਬਹੁ ਆ ਵੀ ਉਮਰ ਬੜੀ ਸਮਝਾ ਦਿੰਦੀ ਮੰਮੀ ਰੱਬ ਨੇ ਨਾ ਬਣਾਇਆ ਹੀ ਇਸ ਹਿਸਾਬ ਨਾਲ ਹੁੰਦਾ ਵਾ ਬੰਦੇ ਨੂੰ ਜੇ ਬੰਦੇ ਨੂੰ ਆਪਣਾ ਆਪ ਕਿਸੇ ਹੋਰ ਵੇਲੇ ਚ ਸੋਹਣਾ ਲੱਗਣ ਲੱਗ ਪਈ ਜਾਏ ਨਾ ਹਨਾ ਖਾਸ ਕਰਕੇ ਪਾਸਟ ਵਿੱਚ ਜਿਹੜਾ ਪਿਛਲਾ ਸਮਾਂ ਲੰਘ ਗਿਆ ਵਾ ਤੇ ਮੌਕੇ ਤੇ ਸੋਹਣਾ ਨਾ ਲੱਗੇ ਤੇ ਫਿਰ ਤੂੰ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਜਾਏਗਾ ਇਸ ਕਰਕੇ ਰੱਬ ਨੇ ਬੰਦੇ ਦੇ ਅੰਦਰ ਬਣਾਇਆ ਹੀ ਏਦਾਂ ਦਾ ਵਾ ਵੀ ਤੈਨੂੰ ਤੂੰ ਜਿਹੜੇ ਟਾਈਮ ਤੇ ਹੈਗਾ ਵਾ ਤੈਨੂੰ ਉਹ ਚੀਜ਼ ਸੋਹਣੀ ਲੱਗੂ ਹੈ ਆਹ ਗੱਲ ਵਾ
ਅੱਜ ਪੋਤੀ ਨੇ ਜਾਣਾ ਸਕੂਲ ਪਹਿਲੇ ਦਿਨ ਬੜਾ ਚਾ ਪਤਾ ਨੀ ਕੀ ਰੰਗ ਕਰਦੇ ਲੈਣ ਜਾਣਾ ਆਪਾਂ ਆਈ ਚਾਵਾ ਜੀ ਚਲੋ ਠੀਕ ਹੈ ਚਲੋ ਬਣਾਓ ਫਿਰ ਆਉਂਦੇ ਆ ਤਾਂ ਫਿਰ ਤੁਹਾਨੂੰ ਵਿਖਾ ਦੇ ਅੱਗੇ ਹੈ ਓਏ ਕਿੰਨੀ ਵੀਡੀਆਂ ਕਰਨੀਆਂ ਮੇਹਰ 200 ਮੇਹਰ ਮਮਾ ਕਿੰਨੀਆਂ ਵੀਡੀਓ ਕਰਨੀਆਂ ਫੂਫੂ ਕਿੱਥੇ ਆ ਕਰੇਲੇ ਐਨੂੰ ਤੇ ਐਨੂੰ ਉਸ ਨਾ ਕਰ ਦਿਓ ਮੰਮੀ ਆ ਪਿੱਛੇ ਪੰਗਾ ਪੈਂਦਾ ਬੈਲਟ ਦਾ ਪ੍ਰੀਤੀ ਨੂੰ ਯਾਦ ਕੀਤਾ ਪ੍ਰੀਤੀ ਹਾਜ਼ਰ ਇਹਦੇ ਵਿਚੋਂ ਨੀ ਪਾਉਂਦੇ ਨਾ ਇਹਦੇ ਵਿਚੋਂ ਦੀ ਆ ਮੀਡੀਆ ਦੇ ਵਿਚੋਂ ਦੀ ਵੱਜਦਾ ਮੇਰਾ ਟਾਈਪ ਨੀ ਸਿਖਾ ਬਾਬੂ ਜੀ ਇਹਨੂੰ ਇੱਥੋਂ ਫੜ ਕੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਟਾਈਮ ਬਣ ਗਈ ਕਿ ਬਣ ਗਈ ਪਰ ਪੋਲੀ ਹੋਇਆ ਥੋੜਾ ਬਣ ਗਈ ਨਾ ਤੂੰ ਦੱਸ ਕਰਨਾ ਕਰਨ ਵੀਰ ਤੇਰੇ ਫੁੱਫੂ ਨੂੰ ਤੇ ਸਿੱਧੀ ਟਾਈ ਨਹੀਂ ਬੰਨਣੀ ਹੁੰਦੀ ਆ ਇਦਾਂ ਕਿੱਥੋਂ ਵੱਜੇ ਜਾਣੀ ਆ ਸਿੱਧੀ ਨਹੀਂ ਹੁੰਦੀ ਆ ਉਧਰ ਕਰਨ ਤੂੰ ਆਪ ਇੱਥੇ ਉਧਰ ਕਿਦਾਂ ਦੀ ਬੰਨੀ ਸੀ ਦਾਦੀ ਕਰ ਪੁੱਛੀ ਜੀ ਕੌਣ ਰੋਜ਼ ਟਾਈ ਬੰਨ ਕੇ ਦਿੰਦਾ ਇਦਾਂ ਬੰਨ ਕੇ ਜੀ ਹਾਂ ਪੁੱਛੀ ਇਦਾਂ ਜਿੰਨੇ ਕੁ ਲੰਮੀ ਰੱਖਣੀ ਠੀਕ ਆ ਵੇਖਿਓ ਲਾਸਟ ਤੇ ਟਾਈ ਨਹੀਂ ਕਿਦਾਂ ਦੀ ਵੱਜਣੀ ਇਹਨੂੰ ਇਹਦੇ ਚ ਕਰਕੇ ਸਭ ਤੋਂ ਪਹਿਲਾਂ ਇੱਧਰ ਨੂੰ ਕੱਢਣਾ ਠੀਕ ਆ ਠੀਕ ਆ ਕਰੋ ਅੱਜ ਮੇਰੇ ਸਾਹ ਨਾਲ ਤੜਕ ਵਧੀਆ ਵੱਜੂਗੀ ਟਾਈ ਠੀਕ ਆ ਉਸ ਤੋਂ ਬਾਅਦ ਇਹਨੂੰ ਫਿਰ ਇੱਧਰ ਨੂੰ ਕੱਢ ਕੇ
ਇੱਕ ਵਾਰੀ ਰੂਲੀ ਸਾਈਡ ਨੂੰ ਇੱਕ ਵਾਰੀ ਪਰਲੀ ਸਾਈਡ ਨੂੰ ਤੇ ਸਹੀ ਆ ਆਹੋ ਠੀਕ ਆ ਬਰਾਬਰ ਜੀ ਕਰ ਲੈ ਫਿਰ ਇਹਨੂੰ ਇਹਦੇ ਉੱਤੋਂ ਦੀ ਇੰਜ ਘੁਮਾਉਣਾ ਠੀਕ ਆ ਇੰਜ ਘੁਮਾਉਣਾ ਕੇ ਫਿਰ ਇਹਨੂੰ ਇਹਦੇ ਵਿੱਚੋਂ ਦੀ ਲਿਆ ਕੇ ਇਹਦੇ ਵਿੱਚੋਂ ਦੀ ਐਂ ਕੱਢ ਦੇਣਾ ਬਣ ਗਈ ਟਾਈ ਇਹ ਐਂਜ ਠੀਕ ਆ ਠੀਕ ਪਹਿਲੀ ਵਾਰ ਫੁੱਫੂ ਨੇ ਸਹੀ ਟਾਈ ਬਣਦੀ ਪਹਿਲੀ ਵਾਰ ਰੋਜ਼ ਮੇਰੇ ਕੋਲ ਬਣਾਉਂਦਾ ਜੀ ਕੁਝ ਸਮਝ ਨਹੀਂ ਆਇਆ ਗਮੇਰ ਚੱਲੀਏ ਸਕੂਲ ਹਾਂਜੀ ਚੱਲੀਏ ਬੱਸ 'ਚ ਬਹਿ ਕੇ ਜਾਣਾ ਹੈ ਰੋਣਾ ਜੀ ਕਹਿੰਦੇ ਜਾ ਗਮੇ ਨੇ ਰੋਣਾ ਨਹੀਂ ਆ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਂਦੀ ਨਹੀਂ ਮੈਨੂੰ ਪਤਾ ਇਹਨੇ ਖੁਸ਼ ਹੋ ਕੇ ਜਾਣਾ ਵੀਰ ਜੀ ਨਾਲ ਬੱਸ 'ਚ ਬਹਿ ਕੇ ਜਾਣਾ ਹੈ ਟਿਫਨ ਵੀ ਹੋਣਾ ਹਨਾ ਨਹੀਂ ਮੈਂ ਚੁੱਕ ਲਿਆ ਕਰਨਾ ਉਹਦੇ ਉੱਥੇ ਕਿੱਥੇ ਇਹਦੀ ਕਲਾਸ ਮਤਲਬ ਜਦੋਂ ਬੱਸ ਜਾਣਾ ਵਾ ਬੱਸ ਤੋਂ ਥੱਲੇ ਉੱਤਰ ਤੇ ਲੱਗੀ ਜਿੱਥੇ ਵੀ ਇਹਨੇ ਜਾਣਾ ਉਹਦੇ ਨਾਲ ਨਾਲ ਮੈਂ ਜਾਣਾ ਤੁਹਾਨੂੰ ਸ਼ਿਕਾਇਤਾਂ ਲਾ ਦੇਣੀਆਂ ਉਹਨੇ ਆ ਕੇ ਵੀ ਕਹਿਣਾ ਜੀ ਪੁੱਪੂ ਮੈਮ ਨੇ ਮਾਰਿਆ ਕਿੰਨਾ ਛੋਣਾ ਲੱਗਣ ਡਿਆ ਹਾਏ ਕਰੇਲੇ ਹਲਾਈ ਕਰੇਲੇ ਕਰੇਲੇ ਹਲਾਈ ਹਲਾਈ ਕਰੇਲੇ ਆਪਣੇ ਕਰੇਲੇ ਹਲਾ ਗੁੰਮੀ ਇੱਦਾਂ ਕਰੋ ਟੀਚਰ ਲਵਾ ਦੀਏ ਟੀਚਰ ਦਾ ਪਤਾ ਨੀ ਡਰਾਈਵਰੀ ਤੇ ਕਰ ਹੀ ਸਕਦੇ ਆ ਕਿੰਨਾ ਵਧੀਆ ਹੁੰਦਾ ਨਾ ਪਹਿਲਾ ਦਿਨ ਸਕੂਲ ਦਾ ਫਸਟ ਡੇ ਮੈਂ ਝੂਠ ਬੋਲਣ ਡਿਆ ਨਹੀਂ ਨਹੀਂ ਮੈਨੂੰ ਮੈਂ ਤੈਨੂੰ ਦੱਸ ਵਾਹ ਤਿਆਰ ਕਰਕੇ ਉੱਥੇ ਖਿਲਾ ਰਿਹਾ ਸੀ ਆਪਾਂ ਬੈਂਚ ਤੇ ਚੇਤਾ ਭਾਬੀ
ਸਾਹਿਬਜੀਤ ਗੁਰਮੇਹਰ ਸਕੂਲ ਚੱਲੀ ਆ, ਤੁਸੀਂ ਜਾਣਾ ਨਾਲ? ਜਾਣਾ ਸਕੂਲ? ਜਾਣਾ ਸਕੂਲ? ਕੱਲ ਮੇਰੇ ਨਾਲ ਕਾਉਂਟ ਚਿੜੀ ਉੱਠ ਖੇਡਣ ਡਿਆ ਗੁਰਮੇਹਰ ਨੇ ਸਾਹਿਬ ਨੂੰ ਛੇਤੀ ਸਿਖਾ ਲੈਣਾ ਸਾਰਾ ਕੁਛ, ਵੇਖਿਓ ਸਹੀ ਹਨਾ। ਵਾਹਿਗੁਰੂ ਕਾਉਂਟ ਸਾਡੇ ਫਿਰ ਕਿਦਾਂ ਕਰਦਾ ਅਜੇ ਨਹੀਂ ਅਜੇ ਸੋਮਨ ਨਹੀਂ ਆਇਆ ਜੂੜਾ ਖੁੱਲ ਗਿਆ ਜੂੜਾ ਖੁੱਲ ਗਿਆ ਮੇਹਰ ਤਾਂ ਕਿੱਥੇ ਬੈਗ ਕਰਨ ਲਾਲਾ ਲਾਲਾ ਬਹਾਨੇ ਨਾ ਅੱਜ ਉਹਦੇ ਵਾਲ ਸਾਰੇ ਬਾਹਰ ਆ ਗਏ ਮੰਮਾ ਮਾਣੋ ਆ ਗਈ ਜੇ ਮਾਣੋ ਆ ਗਈ ਜੇ ਬਣਾ ਲੇ ਜੇ ਦਿਖਾਓ ਦਿਖਾਓ ਛੇਤੀ ਛੇਤੀ ਓਹੋ ਕਿਆ ਬਾਤ ਹੈ ਡੈਡੀ ਕਹਿੰਦਾ ਸੀ ਖੋਪੇ ਕਿੱਥੇ ਆ ਟਿੱਡੀ ਪੈਰ ਦੇਖ ਗਏ ਆਏ ਹਾਏ ਆਏ ਹਾਏ ਡਿੱਗਣਾ ਪਏ ਡਿੱਗਣਾ ਪਏ ਹੋ ਕਿਤੇ ਓਏ ਸ਼ੂਜ਼ ਗੰਦੇ ਹੋ ਜਾਣੇ ਹੀ ਹੋ ਉਹਨੂੰ ਨੀ ਗਾਹ ਆਉਣ ਦਿੱਤਾ ਆਪ ਡਰ ਜੀ ਫੜੋ ਉਹਨੂੰ ਬੂਟ ਗੰਦੇ ਹੋ ਗਏ ਉਹ ਮੇਰੀ ਲਾਡੋ ਦੇ ਵੀਰ ਜੀ ਨੇ ਮਾਣੋ ਡੈਡੀ ਦੀ ਮਾਣੋ ਵੀਰ ਜੀ ਕਿਆ ਕਰ
ਕਰਨ ਨੀ ਕਹਿਣਾ, ਵੀਰ ਜੀ ਕਹਿਣਾ ਬਸ ਵਿੱਚ ਸੋਹਣਾ ਪੁੱਤ ਬਣ ਗਿਆ ਵੇ ਅੱਜ। ਸਾਡੇ ਘਰ ਤੇ ਵਿਆਹ ਦਾ ਮਾਹੌਲ ਬਣ ਗਿਆ ਇਕਦਮ ਹੀ ਤੇ। ਓਏ 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 ਡੈਡੀ ਸਰੀਮ ਆ ਤੇ ਕੱਖ ਵਰੀ ਜਿਹੜਾ ਉਦੋਂ ਕਰਦੇ ਫਿਰ ਡੇ ਸੀ, ਮੈਂ ਤਾਂ ਬਣਾਇਆ ਨੀ ਉਹ ਕਲਿੱਪ, ਮੈਨੂੰ ਯਾਦ ਹੀ ਨਹੀਂ ਹੈ। ਅੱਜ ਮਾਣੋ ਨੇ ਸਕੂਲ ਜਾਣਾ, ਅੱਜ ਮਾਣੋ ਨੇ ਸਕੂਲ ਜਾਣਾ, ਇੱਦਾਂ ਕਰਦੇ ਫਿਰ ਡੇ। ਨੀ ਪੂੰਡੀਆਂ ਡਿੱਗ ਡੁੱਗ ਦਾ ਪਵੀ, ਮੈਨੂੰ ਇਹ ਡਰ ਗਿਓ ਕਰਨ ਪੁੱਤ ਬੈਗ ਉੱਥੇ ਰੱਖ ਲਾ ਕੁਰਸੀ ਤੇ, ਇੰਨਾ ਭਾਰਾ ਬੈਗ ਚੁੱਕਿਆ ਵਾ। ਆਹੋ ਉਹਨੂੰ ਮੈਂ ਆਖਣਾ ਲਾ ਦੇ, ਤੇ ਲਾਉਣੀ ਨੀ ਡਈ ਉਹ। ਪੁੰਡੂ ਅੱਜ ਕੱਲਾ ਰਹਿਣਾ ਤੂੰ, ਮਾਣੋ ਦੀਆਂ ਮੁੱਛਾਂ ਆ ਗਈਆਂ। ਮਾਓ ਇਧਰ ਨੂੰ ਕਰ, ਮਾਓ ਐਨ ਮੂੰਹ ਕਰ, ਓ ਪਾਪਾ ਵੱਲ ਮੂੰਹ ਕਰ, ਇਧਰ ਨੂੰ ਮੂੰਹ ਕਰ, ਇਧਰ ਨੂੰ। ਭਰਾ ਹੀ ਬੜਾ ਜ਼ਿੰਮੇਵਾਰ ਬਣਿਆ ਤੇ ਭਰਾ ਦੇ ਨਾਲ ਜਾਣਾ ਰੋਟੀ ਰਾਟੀ ਖਾਣ ਜਾਣਾ ਇਹਨੇ ਕੇ। ਅੱਜ ਸਾਲ ਦੋ ਤਿੰਨ ਸਾਲ ਦੇ ਇੱਦਾਂ ਹੀ ਘੁੰਮਣਾ ਫਿਰਨਾ ਹੀ ਆ, ਤਿਆਰੀ ਪੂਰੀ ਆ ਭਾਵੇਂ ਜੰਮਦੀ ਉਹ ਗੱਲਾਂ ਆਹੋ ਘੁੰਮਣ ਫਿਰਨ ਵਾਲੀਆਂ, ਤਿਆਰੀ ਫੁੱਲ ਤਿਆਰੀ ਫੁੱਲ ਕਰਨਾ ਹੀ ਦੀ ਆ ਜੇ ਆਪਾਂ ਮਿਲ ਜੀ। ਚਲੋ 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 ਜੀ ਚੱਲੀ ਅੱਜ ਸਕੂਲ। ਕੀ ਕਹਿੰਦਾ ਨਾਲ ਜਾਣਾ ਵਾ, ਕਿੱਦਾਂ ਫਿਰ ਮਜ਼ਾ ਲੱਗਿਆ? ਰੋਜ ਆਇਆ ਕਰਨਾ ਫਿਰ ਹੈਨਾ? ਜਾਇਆ ਕਰਨਾ ਹੈ, ਠੀਕ ਆ ਜਾਇਆ ਕਰਨਾ ਆ, ਠੀਕ ਆ। ਹੁਣ ਘਰ ਚੱਲੀਏ ਫਿਰ, ਘਰ ਚੱਲੀਏ ਫਿਰ, ਚਲੋ ਜੀ। ਗੇਟ ਗੇਟ ਨਹੀਂ, ਕੋਈ ਕਿੱਥੇ ਖੁੱਲਿਆ?
ਮੇਰਾ ਪੁੱਤ ਆ ਗਿਆ ਨੀ ਮੇਰਾ ਪੁੱਤ ਆ ਗਿਆ ਜੀ ਕਿੱਥੇ ਗਿਆ ਜੀ ਪਤਾ ਲੱਗਾ ਕਿ ਕੁੜੀ ਰੋਣ ਡੀ ਆ ਮਿੰਟ ਨੀ ਮਾਰਿਆ ਕਹਿੰਦੇ ਵੀਡੀਓ ਬਣੇ ਜਾਂ ਨਾ ਬਣੇ ਮੈਂ ਚੱਲਾ ਕੁੜੀ ਨੂੰ ਲੈਣ ਵਧੀਆ ਗੱਲ ਆ ਪਿਆਰ ਆ ਨਾ ਹਰੇ ਉਹੀ ਗੱਲ ਹਾਏ ਕਾਰਡ ਵੀ ਮਿਲ ਗਿਆ ਜੇ ਹਾਏ ਹਾਏ ਗੱਲ ਲੱਗ ਗਈ ਹੋਣੀ ਤੁਹਾਡੇ ਉੱਥੇ ਤਾਂ ਬੜੇ ਜਾਣੇ ਆਏ ਸੀ ਲੈਣ ਕੇ ਆਪੋ ਆਪਣੇ ਬੱਚਿਆਂ ਨੂੰ ਰੋਜ਼ ਆ ਕਰਨਾ ਇਹ ਬੀ ਸੈਕਸ਼ਨ ਦੇ ਵਿੱਚ ਹੀ ਸਾਨੂੰ ਤੇ ਵੀ ਨਹੀਂ ਪਤਾ ਕਿਹੜੇ ਸੈਕਸ਼ਨ 'ਚ ਮੈਂ ਅੱਜ ਪਹਿਲੇ ਦਿਨ ਗਈ ਸੀ ਨਾ ਤੇ ਕੀ ਆਂਦੇ ਕਿਦਾਂ ਕਿੰਨੇ ਵਜੇ ਤੇ ਕਿੰਨੇ ਵਜੇ ਹੁਣ ਤਾਂ ਆ ਜਾ ਕਰਨੀ ਬੱਸ ਆ ਜਾ ਕਰਨੀ ਮੰਗਲਵਾਰ ਤੋਂ ਸਵੇਰ ਅੱਛਾ ਜੀ ਮੰਗਲਵਾਰ ਹੋਰ ਛੁੱਟੀਆਂ ਠੀਕ ਛੁੱਟੀਆਂ ਚਾਹੇ ਇੱਕ ਦਿਨ ਸਕੂਲ ਗਈ ਤੇ ਛੁੱਟੀਆਂ ਆ ਵੀ ਗਈਆਂ ਜੇ